ਗੁਰਸਿੱਖ ਦਾ ਫਰਜ਼ ਬਣਦਾ ਉਹ ਤਾਂ ਕਰ ਹੀ ਰਹੇ ਨੇ, ਲੇਕਿਨ ਜੋ ਅੱਜ ਦਾ ਮੌਜੂਦਾ ਸਮਾਂ ਹੈ, ਜੋ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਵੀ ਇਹਨਾਂ ਨੂੰ ਵਿਰਾਸਤ ਦੇ ਵਿੱਚ ਦਿੱਤਾ। ਪ੍ਰਤਾਪ ਸਿੰਘ ਕਹਿਰੋਂ ਆ ਗਿਆ ਉਸ ਸਮੇਂ ਦਾ ਮੁੱਖ ਮੰਤਰੀ, ਟਾਈਮ ਮੰਗਿਆ ਔਰ ਟਾਈਮ ਦਿੱਤਾ, ਟਾਈਮ ਤੋਂ ਕੇਵਲ 2-4 ਮਿੰਟ ਲੇਟ ਹੋਇਆ, ਪਰਵਾਹ ਨਹੀਂ ਕੀਤੀ ਮੁੱਖ ਮੰਤਰੀ ਦੀ, ਕੇਵਲ ਸੰਗਤ ਦੇ ਲਈ ਦੀਵਾਨ ਲਾਉਣ ਚਲੇ ਗਏ। ਟਾਈਮ ਇੰਦਰਾ ਗਾਂਧੀ ਮੰਗਦੀ ਹੈ, ਸਮਾਂ ਸੰਗਤ ਦੇ ਲਈ ਦਿੰਦੇ ਨੇ ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ। ਕਾਰਨ ਸੀ ਕਿ ਅੱਜ ਦੇ ਕਲਯੁੱਗ ਦੇ ਤਪਦੇ ਬਲਦੇ ਸੰਸਾਰ ਵਿੱਚ ਨਾਮ ਦਾ ਬੀਜ ਬੀਜਿਆ ਜਾਏ, ਔਰ ਇਹੀ ਨਾਮ ਦਾ ਬੀਜ ਸੰਤ ਬਾਬਾ ਸੁਖਦੇਵ ਸਿੰਘ ਜੀ ਦੇ ਨਾਲ, ਸੰਤ ਬਾਬਾ ਕਿਸ਼ਨ ਸਿੰਘ ਜੀ ਦੇ ਨਾਲ, ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਦੇ ਨਾਲ ਰਹਿ ਕੇ ਉਹਨਾਂ ਦੀ ਸੰਗਤ ਕਰਕੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੁਰਬਾਣੀ ਤੋਂ ਇੱਕ ਤੁੱਕ ਵੀ ਕਦੇ ਬਾਹਰ ਨਹੀਂ ਗਏ, ਔਰ ਸਮੇਂ ਦੇ ਵਿੱਚ ਰਹਿ ਕੇ ਇਹਨਾਂ ਨੇ ਸਾਰਾ ਜੀਵਨ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਨੇ ਸੰਗਤ ਦੇ ਲਈ ਲਾਇਆ। ਔਰ ਅੱਜ ਤੁਸੀਂ ਸਾਰੀ ਸੰਗਤ ਬੈਠੇ ਹੋ, ਸਮਾਂ ਇੱਕ ਗੱਲ ਦੀ ਮੰਗ ਕਰਦਾ ਕਿ ਇੱਕ ਪਾਸੇ ਕਿਸੇ ਹੋਰ ਡੇਰੇ ਦੀ ਗੱਲ ਚੱਲਦੀ ਹੈ, ਲੇਕਿਨ ਜਿਹੜਾ ਸਾਨੂੰ ਅੰਦਰੂਨੀ ਇੱਕ ਗੱਲ ਦਿਖ ਵੀ ਨਹੀਂ ਰਹੀ ਉਹ ਇਹ ਹੈ ਕਿ ਈਸਾਈ ਸਾਡੇ 'ਤੇ ਬੜਾ ਵੱਡਾ ਹਮਲਾ ਕਰ ਰਹੇ ਨੇ। ਉਹ ਹਮਲਾ ਇਸ ਕਰਕੇ ਨਹੀਂ ਕਰ ਰਹੇ ਕਿ ਉਹਨਾਂ ਦਾ ਕਾਰਨ ਹੈ, ਉਹ ਹਮਲਾ ਤਾਂ ਹੋ ਰਿਹਾ ਕਿ ਸਾਡੇ ਮੌਜੂਦਾ ਹਾਕਮ ਹੈ ਜਿਹੜੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਿਹੜੀ ਬਾਣੀ ਹੈ ਇਹਦਾ ਸਤਿਕਾਰ ਘਟਾ ਦਿੱਤਾ। ਗੱਲ ਕਰਨੀ ਬਣਦੀ ਹੈ, ਜੋ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਸਤਿਕਾਰਤ ਗੱਲਾਂ ਨੇ, ਭਾਵੇਂ ਨਾਲ ਲੱਗਦੇ ਗੁਰਦੁਆਰਾ ਸਾਹਿਬ ਦੇ ਪੁਰਾਤਨ ਸਰੂਪ ਦੀ ਗੱਲ ਹੋਵੇ, ਔਰ ਜਦੋਂ ਵੀ ਕਦੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਵੱਲੋਂ ਬਣਾਈ ਹੋਈ ਪੰਥਕ ਅਕਾਲੀ ਲਹਿਰ ਦੇ ਲਈ ਸਾਰਿਆਂ ਤੋਂ ਮੁੱਢਲਾ ਯੋਗਦਾਨ ਬਾਬਾ ਕਸ਼ਮੀਰਾ ਸਿੰਘ ਜੀ ਉਹਨਾਂ ਨੇ ਪਾਇਆ, ਇਹਨਾਂ ਨੂੰ ਇਸ ਗੱਲ ਦਾ ਇਲਮ ਹੈ, ਇਸ ਗੱਲ ਦਾ ਪਤਾ ਹੈ ਕਿ ਜੇ ਅੱਜ ਸਿੱਖਾਂ ਦੀ ਫਲਵਾੜੀ ਨੂੰ ਨਾ ਸਾਂਭਿਆ ਗਿਆ ਤਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਜਿਹੜੀ ਆਪਾਂ ਬਰਸੀ ਮਨਾ ਰਹੇ ਹਾਂ ਉਹ ਵੀ ਦਿਨ ਦੂਰ ਨਹੀਂ ਜਦੋਂ ਸਾਡੇ ਮਹਾਂਪੁਰਖਾਂ ਦੀਆਂ ਬਰਸੀਆਂ ਮਨਾਉਣ ਦੇ ਲਈ ਵੀ ਇਹਨਾਂ ਲੋਕਾਂ ਤੋਂ ਸਾਨੂੰ ਇਜਾਜ਼ਤਾਂ ਲੈਣੀਆਂ ਪਿਆ ਕਰਨਗੀਆਂ। ਸੋ ਆਓ, ਇੱਕ ਪਾਸੇ ਉਹ ਲੋਕ ਨੇ ਜਿਹੜੇ ਹਰ ਗੱਲ ਦੇ ਉੱਤੇ ਕਟਾਰਸ ਕਰਦੇ ਨੇ, ਆਪ ਬੜੇ ਧੰਤਾ ਦੇ ਭਾਗੀ ਹੋ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਬਰਸੀ ਮਨਾਉਣ ਦੇ ਲਈ ਮਹਾਂਪੁਰਖਾਂ ਵੱਲੋਂ ਕੀਤੇ ਉਪਰਾਲੇ ਦੇ ਵਿੱਚ ਇੱਥੇ ਸ਼ਾਮਲ ਹੋਏ ਹੋ। ਮੈਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਵੱਲੋਂ, ਬਾਬਾ ਗੁਰਪ੍ਰੀਤ ਸਿੰਘ ਜੀ ਰੰਧਾਵੇ ਉਹਨਾਂ ਦੇ ਵੱਲੋਂ ਵੀ ਇਸ ਸਮਾਗਮ ਦੇ ਵਿੱਚ ਹਾਜ਼ਰੀ ਭਰਦਾ, ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹੋ ਜਿਹੇ ਸਾਧੂ ਬੜੇ ਘੱਟ ਰਹਿ ਗਏ, ਹੈਣ ਬਿਨਲੇ ਹੈਣ ਕਣੇ। ਸੋ ਇਸ ਕਰਕੇ ਇਹਨਾਂ ਮਹਾਂਪੁਰਖਾਂ ਦੀ ਸਿਹਤ ਦੇ ਉੱਤੇ ਪਰਮਾਤਮਾ ਕਿਰਪਾ ਕਰੇ, ਸਾਨੂੰ ਹੋਰ ਲੰਬਾ ਸਮਾਂ ਇਹ ਮਹਾਂਪੁਰਖ ਗੁਰਬਾਣੀ ਦੇ ਨਾਲ, ਸਿੱਧੀਆਂ ਧਾਰਨਾ ਦੇ ਨਾਲ, ਜਿਹੜੀਆਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਤੋਂ ਸ਼ੁਰੂ ਹੋ ਕੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਨਿਰਮੋਲ ਕੀਰਤਨ ਕੀਤਾ ਸੀ, ਉਹ ਤੋਂ ਬਾਅਦ ਅੱਜ ਇਹ ਮਹਾਂਪੁਰਖ ਸੇਵਾਵਾਂ ਨਿਭਾ ਰਹੇ ਨੇ। ਇਹੀ ਪਰਮਾਤਮਾ ਅੱਗੇ ਸਮੁੱਚੀ ਸੰਗਤ ਦੀ ਅਰਦਾਸ ਹੈ, ਇਹੀ ਮਹਾਂਪੁਰਖਾਂ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਸੱਚੀ ਅਤੇ ਸੁੱਚੀ ਸ਼ਰਧਾਂਜਲੀ ਹੈ। ਸਮੁੱਚੀ ਸੰਗਤ ਦਾ ਵੀ ਧੰਨਵਾਦ ਹੈ, ਮਹਾਂਪੁਰਖਾਂ ਦਾ ਫਿਰ ਧੰਨਵਾਦ ਕਿ ਮੇਰੇ ਵਰਗੇ ਇਨਸਾਨ ਨੂੰ ਵੀ ਆਪ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਉਹਨਾਂ ਨੂੰ ਅਸਥਾਨ ਵੱਲੋਂ ਬਾਬਾ ਨਾਮਦੇਵ ਸਿੰਘ ਜੀ ਸਤਿਕਾਰ ਭੇਟ ਕਰ ਰਹੇ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਆਓ ਸਾਧ ਸੰਗਤ ਜੀ, ਕਾਫੀ ਸਮੇਂ ਤੋਂ
ਤਕਰੀਬਨ 11 ਵਜੇ ਤੋਂ ਸੰਗਤਾਂ ਬੈਠੀਆਂ ਹਨ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਭਾਈ, ਜਿਸ ਸਮੇਂ ਦੀ ਉਡੀਕ ਸਤਿਕਾਰਯੋਗ ਮਹਾਂਪੁਰਸ਼ਾਂ ਦੇ ਭਰੋਸਾਏ ਹੋਏ ਅਸਥਾਨ ਦੇ ਮੌਜੂਦਾ ਮੁਖੀ ਮਹਾਂਪੁਰਸ਼ ਜਥੇਦਾਰ ਜੀ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਇਹ ਸਾਰੇ ਸਮਾਗਮ ਦੀ ਭਾਈ ਹੁਣ ਸਮਾਪਤੀ ਕਰਨਗੇ। ਸੋ ਆਈ ਹੋਈ ਸੰਗਤ ਦਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਅਤੇ ਆਏ ਹੋਏ ਮਹਾਂਪੁਰਸ਼ਾਂ ਦਾ ਧੰਨਵਾਦ। ਵੱਡੇ ਹੋਏ ਮਹਾਂਪੁਰਸ਼ਾਂ ਦੇ ਜੀਵਨ ਬਾਬਤ ਵਿਚਾਰਾਂ ਉਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਮੇਰੇ ਰਾਮ ਹਰ ਜਨ ਕੈ ਹਮਲ ਜਾਈ ਹਮਲ ਜਾਈ ਮੇਰੇ ਰਾਮ ਹਰ ਜਨ ਕੈ ਹਮਲ ਜਾਈ ਹਮਲ ਜਾਈ ਬਲ ਜਾਈ ਹਾਂ 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 ਬਲ ਜਾਈ ਹਰ ਜਨ ਕੈ ਹਾਂ ਬਲ ਜਾਈ ਮੇਰੇ ਰਾਮ ਹਰ ਜਨ ਕੈ ਹਾਂ ਬਲ ਜਾਈ ਹਾਂ ਬਲ ਜਾਈ ਮੇਰੇ ਰਾਮ ਹਰ ਜਨ ਕੈ ਸਤਿਗੁਰਾਂ ਦੀ ਸਾਜੀ ਨਵਾਜੀ
ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਪ ਬਹੁਤ ਨਵੇਰੇ ਸਮੇਂ ਤੋਂ ਅਖੰਡ ਚੌਂਕੜੇ ਲਾ ਕੇ ਪਰਮੇਸ਼ੁਰ ਦੇ ਪਿਆਰਿਆਂ ਦੀ ਯਾਦ ਵਿੱਚ ਪਰਮੇਸ਼ੁਰ ਨਾਲ ਜੁੜੇ ਬੈਠੇ ਹੋ। ਬਹੁਤ ਸਤਿਕਾਰਯੋਗ ਗੁਰੂ ਕੇ ਪਿਆਰੇ ਸਤਿਕਾਰੇ ਗੁਰੂ ਕੇ ਦੁਲਾਰੇ ਗੁਰੂ ਘਰ ਦੇ ਕੀਰਤਨੀਏ ਕਵੀਸ਼ਰ ਢਾਡੀ ਸਿੰਘ ਅਤੇ ਅਨੇਕਾਂ ਸਤਿਕਾਰ ਗੁਰਬਾਣੀ ਦੁਆਰਾ ਗੁਰਮਤ ਦੀਆਂ ਵਿਚਾਰਾਂ ਗੁਰ ਇਤਿਹਾਸ ਦੀਆਂ ਵਿਚਾਰਾਂ ਪਰਮਾਰਥ ਦੀਆਂ ਵਿਚਾਰਾਂ ਕੱਥੜੀਆਂ ਸੰਤਾਹਾਂ ਅਤੇ ਸਿਖਾਊ ਪੰਧੀਆਂ ਲੱਦੜੀਆਂ ਤਿਨਾਹਾਂ ਜਿਨ੍ਹਾਂ ਭਾਗ ਮਥਾਹੜ ਹੈ ਇਹ ਮਹਾਂਪੁਰਸ਼ਾਂ ਦੀਆਂ ਕਥਾ ਕਹਾਣੀਆਂ ਪਰਮਾਰਥ ਦੇ ਪਾਂਧੀਆਂ ਵਾਸਤੇ ਸੁੱਖ ਰੂਪ ਹੁੰਦੀਆਂ ਹੈ ਜਿਹੜੇ ਰੱਬ ਦੇ ਰਸਤੇ 'ਤੇ ਚੱਲਦੇ ਆ ਬੰਦਗੀ ਕਰਨ ਵਾਲਿਆਂ ਵਾਸਤੇ ਸੁੱਖ ਰੂਪ ਹੈ ਪਰ ਪ੍ਰਾਪਤ ਕਿਹਨਾਂ ਨੂੰ ਹੁੰਦੀਆਂ ਨੇ ਜਿੰਨਾ ਭਾਗ ਮਥਾਹੜਾ ਹੈ ਵੱਡੇ ਭਾਗਾਂ ਵਾਲਿਆਂ ਨੂੰ ਭਾਵ ਕਿ ਆਪਣੇ ਸਾਰਿਆਂ ਦੇ ਵੱਡੇ ਭਾਗ ਨੇ ਕਿ ਜਿਹੜੇ ਬਹੁਤ ਸਮੇਂ ਤੋਂ ਗੁਰੂ ਚਰਨਾਂ ਵਿੱਚ ਸਜੇ ਬੈਠੇ ਹੋ ਭਾਵੇਂ ਇਹ ਜੋੜ ਮੇਲਾ ਬਿਨਾਂ ਯਤਨ ਬਿਨਾਂ ਕੋਈ ਤਿਆਰੀ ਕੋਈ ਐਡ ਕੋਈ ਪੋਸਟਰ ਕੋਈ ਬੋਰਡ ਬਕਾਇਦਾ ਰਾੜਾ ਸਾਹਿਬ ਅਸੀਂ ਬੇਨਤੀ ਕੀਤੀ ਸੀ ਕਿ ਸੰਗਤਾਂ ਘਰ ਰਹਿ ਕੇ ਹੀ ਸਿਮਰਨ ਭਜਨ ਕਰਨ ਬਾਣੀ ਪੜ੍ਹਨ ਪਰ ਸਾਧ ਸਿੰਘ ਜੀ ਜਿਨ੍ਹਾਂ ਦਾ ਪਿਆਰ ਹੈ ਗੁਰੂ ਨਾਲ ਸ਼ਬਦ ਨਾਲ ਬਾਣੀ ਨਾਲ ਮਹਾਂਪੁਰਸ਼ਾਂ ਨਾਲ ਜਿਨ੍ਹਾਂ ਤੋਂ ਜੀਵਨ ਜਾਚ ਮਿਲੀ ਹੈ ਸੇਧ ਮਿਲੀ ਹੈ ਉਹਨਾਂ ਦੀ ਯਾਦ ਵਿੱਚ ਫਿਰ ਜਿਹੜੇ ਸ਼ਰਧਾਲੂ ਸੇਵਕ ਹੁੰਦੇ ਨੇ ਉਹ ਹਰ ਹੀਲੇ ਹਰ ਯਤਨ ਕਰਕੇ ਭਾਵੇਂ ਹਰ ਗੱਲ ਨੂੰ ਮੁੱਦੇ ਨਜ਼ਰ ਰੱਖਿਆ ਗਿਆ ਹੈ ਸੰਸਾਰ ਦੇ ਵਿੱਚ ਮਹਾਂਮਾਰੀ ਫੈਲੀ ਹੋਈ ਹੈ ਬੜਾ ਦੁਖਾਂਤ ਵਾਪਰਿਆ ਸਾਰੇ ਸੰਸਾਰ ਦੇ ਵਿੱਚ ਹਰ ਗੱਲ ਨੂੰ ਧਿਆਨ ਵਿੱਚ ਰੱਖਿਆ ਗਿਆ ਇਸੇ ਕਰਕੇ ਹਾਲ ਵੀ ਤਿਆਰੀ ਕੀਤੀ ਕਿ ਸੰਗਤ ਦੂਰ ਦੂਰ ਥੋੜ੍ਹੀ ਬੈਠ ਸਕੇ ਖੁੱਲ੍ਹੇ ਹੋ ਕੇ ਪਰ ਫਿਰ ਵੀ ਬਹੁਤ ਗਿਣਤੀ ਦੇ ਵਿੱਚ ਸੰਗਤ ਸਵੇਰ ਤੋਂ ਆ ਕੇ ਹਾਜ਼ਰੀਆਂ ਲਵਾ ਕੇ ਜਾ ਰਹੀ ਹੈ ਜਿੰਨੀ ਸੰਗਤ ਬੈਠੀ ਇੱਦੋਂ ਕਈ ਗੁਣਾ ਸੰਗਤ ਸਵੇਰੇ ਆਸਾ ਜੀ ਦੀ ਵਾਰ ਤੋਂ ਲੱਗ ਕੇ ਸੰਗਤ ਜਾ ਵੀ ਰਹੀ ਹੈ ਆ ਵੀ ਰਹੀ ਹੈ ਸੁਆਵ ਸਾਧ ਸਿੰਘ ਜੀ
ਭਾਵੇਂ ਹੁਣ ਕੁਛ ਕਹਿਣਾ ਤਾਂ ਬਾਕੀ ਨਹੀਂ ਹੈ। ਸਾਰੇ ਮਹਾਂਪੁਰਸ਼ਾਂ ਨੇ ਵਿਚਾਰਾਂ ਨੂੰ ਸੰਗਤਾਂ ਨੂੰ ਸਰਵਣ ਕਰਾਈਆਂ। ਸਮਾਂ ਵੀ ਸਮਾਪਤੀ ਦਾ ਹੋ ਹੀ ਚੁੱਕਾ ਹੈ। ਸੋ ਸਤਿ ਸੰਗਤ ਜੀ, ਜਿਨ੍ਹਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਹਾਂ, ਉਹਨਾਂ ਨੇ ਸਾਰੀ ਜ਼ਿੰਦਗੀ ਪਰਮਾਤਮਾ ਦੀ ਯਾਦ ਵਿੱਚ ਗੁਜ਼ਾਰੀ ਹੈ। ਭਾਵੇਂ ਕੀਰਤਨ ਕਰਦੇ ਸੀ ਤਾਂ ਵੀ ਰੱਬ ਦੀ ਬੰਦਗੀ ਸਮਝ ਕੇ ਕਰਦੇ ਸੀ। ਭਗਤੀ, ਸਾਰੀਆਂ ਭਗਤੀਆਂ ਤੋਂ ਪ੍ਰਧਾਨ ਭਗਤੀ ਕੀਰਤਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਨੌ ਭਗਤੀਆਂ ਨੇ, ਉਹਨਾਂ ਵਿੱਚੋਂ ਪ੍ਰਧਾਨ ਭਗਤੀ ਹੈ ਕੀਰਤਨ ਭਗਤੀ। ਅੱਧੀ ਸਦੀ ਕੀਰਤਨ ਕੀਤਾ ਭਗਤੀ ਸਮਝ ਕੇ, ਫਿਰੋਜ਼ ਦਾ ਨਿਯਮ ਵਕਤੇ ਅਖੀਰ ਤੱਕ, ਰਾਤ ਨੂੰ 11 ਵਜੇ ਸੌਣਾ ਅਤੇ 2 ਵਜੇ ਉੱਠਣਾ। ਸਤਿਸੰਗ ਜੀ, ਕੌਣ ਨਹੀਂ ਕਹਿੰਦਾ ਮੇਰੀਆਂ ਯਾਦਾਂ ਮਨਾਈਆਂ ਜਾਣ, ਕੌਣ ਨਹੀਂ ਕਹਿੰਦਾ ਮੇਰੇ ਜੋੜ ਮੇਲੇ ਲੱਗਣ, ਕੌਣ ਨਹੀਂ ਕਹਿੰਦਾ ਲੋਕ ਮੈਨੂੰ ਯਾਦ ਕਰਨ। ਭਾਈ ਗੁਰਦਾਸ ਜੀ ਨੂੰ ਬੇਨਤੀ ਕਰੀਏ ਕਿ ਆਪਾਂ ਨੂੰ ਤਾਂ ਇਹ ਸਥਾਨ ਦਿਸਦੇ ਨੇ ਜੀ, ਐਡੇ ਐਡੇ ਡੇਰੇ ਬਣਾ ਲਏ, ਇਹੋ ਜਿਹੇ ਵਸਤਰ ਪਾਉਂਦੇ ਨੇ, ਇਹੋ ਜਿਹੀਆਂ ਗੱਡੀਆਂ ਰੱਖਦੇ ਨੇ। ਚਲੋ ਇਹ ਤਾਂ ਦੁਨੀਆਂ ਦਾ ਸੁਭਾਅ ਹੀ ਹੈ। ਸਾਰੀ ਦੁਨੀਆਂ ਕਹਿੰਦੀ ਹੈ ਵੀ ਕਦੋਂ ਸੂਰਜ ਚੜ੍ਹੇਗਾ, ਪਰ ਕਈ ਇਹੋ ਜਿਹੇ ਜਿਹੜੇ ਅਰਦਾਸਾਂ ਕਰਦੇ ਨੇ ਸੂਰਜ ਨਾ ਚੜ੍ਹੇ, ਉਹ ਵੀ ਹੈਗੇ ਨੇ, ਉਹ ਵੀ ਕਈ ਜਣੇ ਨੇ। ਇਕੱਲਾ ਉੱਲੂ ਨਹੀਂ ਹੈ ਵੀ ਉੱਲੂ ਹੀ ਕਹਿੰਦਾ ਸੂਰਜ ਨਾ ਚੜ੍ਹੇ। ਚਮਗਿੱਦੜ, ਚਮਚੜਿੱਕਾਂ, ਇਹਨਾਂ ਦਾ ਵੀ ਟੋਲਾ ਖਾਸਾ, ਉਹ ਅਰਦਾਸਾਂ ਕਰਦੇ ਨੇ ਰੱਬਾ ਸਾਰਿਆਂ ਦੀ ਸੁਣਦਾ, ਸਾਡੀ ਵੀ ਸੁਣ ਕਦੇ ਵੀ ਸੂਰਜ ਨਾ ਚੜ੍ਹੇ। ਇਹ ਤਾਂ ਸੰਸਾਰ ਹੈ, ਪਰ ਸਾਧ ਸੰਗਤ ਜੀ ਸਾਰੀ ਜ਼ਿੰਦਗੀ ਦੀ ਕਮਾਈ ਕਰਕੇ ਆਪਣੇ ਪਰਿਵਾਰ ਵਾਸਤੇ 2 ਕੁੱਲੇ ਬਣਾਉਂਦਾ, 2 ਕੁੱਲੇ। ਪਰ ਮਹਾਂਪੁਰਸ਼ਾਂ ਨੇ ਫਿਰ ਸਾਧ ਸੰਗਤ ਜੀ ਬੜੀਆਂ ਘਾਲਣਾ ਘਾਲੀਆਂ ਹੁੰਦੀਆਂ। ਭਾਈ ਗੁਰਦਾਸ ਜੀ ਨੂੰ ਬੇਨਤੀ ਕਰੀਏ, ਕਿਉਂ ਲੋਕ ਯਾਦਾਂ ਮਨਾਉਂਦੇ ਨੇ ਮਹਾਂਪੁਰਸ਼ਾਂ ਦੀਆਂ, ਕਿਉਂ ਜੋੜ ਮੇਲੇ, ਕਿਉਂ ਜੈ ਜੈਕਾਰ ਹੁੰਦੀ ਹੈ ਉਹਨਾਂ ਦੀ? ਭਾਈ ਗੁਰਦਾਸ ਜੀ ਨੇ ਕਈ ਪ੍ਰਮਾਣ ਦਿੱਤੇ ਹੈ ਆਪਣੀਆਂ ਵਾਰਾਂ 'ਚ। ਕਿਸੇ ਦੇ ਘਰ ਦੀਵਾ ਜਗ ਰਿਹਾ ਸੀ ਅਤੇ ਉਹਦੇ ਵਿੱਚ ਤੇਲ ਪਾਇਆ ਸੀ ਤਿਲਾਂ ਦਾ, ਉਹ ਮਿੱਠਾ ਹੁੰਦਾ ਹੈ, ਉਹਦਾ ਸਵਾਦ ਮਿੱਠਾ ਨਹੀਂ ਹੁੰਦਾ। ਮਿੱਠੀ ਚੀਜ਼ ਆਪਾਂ ਕਹਿੰਦੇ ਹਾਂ ਪਿਆਰੀ ਚੀਜ਼ ਨੂੰ, ਜਿਹੜੀ ਪਿਆਰੀ ਹੋਵੇ ਉਹਨੂੰ ਆਪਾਂ ਮਿੱਠੀ ਚੀਜ਼ ਕਹਿੰਦੇ ਹਾਂ।
ਅਤੇ ਮਿੱਠੀ ਪਿਆਰੀ ਲੱਗਦੀ ਹੈ। ਉਹ ਹੁੰਦਾ ਹੀ ਇੰਨਾ ਚੰਗਾ ਹੈ ਕਿ ਉਹਨੂੰ ਲੋਕ ਮਿੱਠਾ ਤੇਲ ਕਹਿੰਦੇ ਨੇ, ਤਿਲਾਂ ਦੇ ਤੇਲ ਹੁੰਦਾ ਨਹੀਂ ਮਿੱਠਾ ਵੈਸੇ ਉਹ, ਪਰ ਉਹਦੇ ਵਿੱਚ ਇਹ ਗੱਲ ਹੈ ਵੀ ਜਦੋਂ ਉਹਨੂੰ ਦੀਵੇ 'ਚ ਪਾ ਕੇ ਜਗਾਈਏ ਸੁਗੰਧੀ ਆਉਂਦੀ ਹੈ ਆਲੇ ਦੁਆਲੇ। ਕਿਸੇ ਦੇ ਘਰ ਦੀਵਾ ਜਗ ਰਿਹਾ ਸੀ, ਤਿਲਾਂ ਦਾ ਤੇਲ ਪਾਇਆ ਸੀ ਦੀਵੇ ਵਿੱਚ, ਪ੍ਰਕਾਸ਼ ਤਾਂ ਹੈਗਾ ਹੀ ਸੀ ਪਰ ਸੁਗੰਧੀ ਵੀ ਆ ਰਹੀ ਸੀ। ਕਿਸੇ ਨੇ ਆਖਿਆ ਵੀ ਬੜੀ ਸੁਗੰਧੀ ਆ ਰਹੀ ਹੈ, ਪ੍ਰਕਾਸ਼ ਵੀ ਹੈ ਘਰ ਵਿੱਚ। ਦੀਵਾ ਕਹਿੰਦਾ ਤੈਨੂੰ ਤਾਂ ਸੁਗੰਧੀ ਚੰਗੀ ਲੱਗਦੀ ਹੈ ਨਾ, ਤੈਨੂੰ ਤਾਂ ਪ੍ਰਕਾਸ਼ ਵਧੀਆ ਲੱਗਦਾ, ਪਰ ਮੇਰੇ ਤੋਂ ਪੁੱਛੇ ਪ੍ਰਕਾਸ਼ ਹੋਇਆ ਕਿਵੇਂ, ਇਹ ਸੁਗੰਧੀ ਆ ਕਿਵੇਂ ਰਹੀ ਹੈ। ਕਹਿੰਦਾ ਮੈਨੂੰ ਜ਼ਿਮੀਂਦਾਰ ਨੇ ਬਰਾਨੀ ਖੇਤ 'ਚ ਬੀਜਿਆ ਜਿੱਥੇ ਪਾਣੀ ਨਹੀਂ ਲੱਗਦਾ, ਤਿਲ ਉੱਥੇ ਬੀਜੇ ਜਾਂਦੇ ਸੀ। ਆ ਕੋਰਟ ਵਾਲੇ ਬੈਠੇ ਨੇ, ਜਥੇਦਾਰ ਭਵਾਨੀਗੜ੍ਹ ਵਾਲੇ, ਮਾਸਟਰ ਜੀ, ਪ੍ਰਧਾਨ ਜੀ, ਸਾਰੇ ਪੁਰਾਣੇ ਬੈਠੇ ਹੋ। ਜਦੋਂ ਅਸੀਂ ਵੀ ਇੱਥੇ ਆਏ ਹਾਂ, ਉਹ ਪਰਲਾ ਪਿੰਡ ਚੌਧਰੀ ਮਾਜਰਾ ਛੰਨਾ ਨਹੀਂ ਸੀ, ਅਤੇ ਇਹਦੇ ਅੱਡੇ ਅੱਡੇ ਟਿੱਬੇ ਸੀ, ਇੱਥੇ ਉੱਥੇ ਤੇਲੀ ਬੀਜਦੇ ਸੀ ਹੋਰ ਉੱਥੇ ਹੁਣ ਮੂੰਗੀ ਬੀਜੀ ਜਾਣੀ, ਬਰਾਨੀ ਖੇਤ ਵਿੱਚ ਤਿਲ ਬੀਜੇ ਜਾਂਦੇ। ਜਦੋਂ ਤਿਲ ਪੱਕ ਜਾਂਦੇ ਆ ਉਹ ਡੋਡੀਆਂ ਦੇ ਮੂੰਹ ਉੱਪਰ ਨੂੰ ਹੁੰਦੇ ਆ, ਖੁੱਲ੍ਹ ਜਾਂਦੇ ਆ ਮੂੰਹ, ਨਿਸ਼ਾਨੀਆਂ ਵੀ ਪੱਕ ਗਏ। ਤਿਲ ਨਾ ਕਿਸੇ ਮਸ਼ੀਨ 'ਚ ਕੱਢੇ ਜਾਂਦੇ ਆ ਅਤੇ ਨਾ ਗਾਏ ਜਾਂਦੇ, ਉਹ ਡੰਡੇ ਮਾਰ ਮਾਰ ਕੇ ਤਿਲ ਝਾੜੇ ਜਾਂਦੇ ਆ। ਤਿਲ ਝਾੜ ਲਏ ਫਿਰ ਸੁਕਾ ਲਏ ਤੇਲ, ਤਿਲ ਸੁਕਾ ਲਏ, ਸੁਕਾ ਕੇ ਫਿਰ ਉਹਨੂੰ ਚੱਕੀ ਕੋਹਲੂ 'ਚ ਪੀੜਿਆ, ਤਿਲਾਂ ਨੂੰ ਤੇਲ ਕੱਢਿਆ ਪੀੜ ਕੇ, ਤੇਲ ਕੱਢ ਕੇ ਫਿਰ ਦੀਵੇ 'ਚ ਪਾਇਆ ਅਤੇ ਬੱਤੀ ਸੜ ਰਹੀ ਹੈ, ਤੇਲ ਸੜ ਰਿਹਾ ਤਾਂ ਪ੍ਰਕਾਸ਼ ਕਰ ਰਿਹਾ ਅਤੇ ਤਾਂ ਸੁਗੰਧੀ ਆ ਰਹੀ। ਐਵੇਂ ਜੋੜ ਮੇਲੇ ਨਹੀਂ ਲੱਗਦੇ ਸਾਧਸੰਗ। ਇੱਥੇ ਨਭ 'ਚ ਬੜੇ ਬੜੇ ਲੈਲ ਲਾਡ ਹੋਏ ਨੇ, ਬੜੇ ਬੜੇ ਅਮੀਰ ਹੋਏ ਨੇ, ਕੋਈ ਨਹੀਂ ਜਾਣਦਾ ਹੈ ਕਿਸੇ। ਭਾਈ ਗੁਰਦਾਸ ਜੀ ਕਹਿੰਦੇ ਕਿ ਉਹ ਤੇਲ ਕਹਿੰਦਾ ਐਵੇਂ ਸੁਗੰਧੀ ਨਹੀਂ ਆਉਂਦੀ, ਐਵੇਂ ਪ੍ਰਕਾਸ਼ ਨਹੀਂ ਹੋਇਆ, ਮੇਰਾ ਜੀਵਨ ਪੜ ਪਹਿਲਾਂ, ਦੇਖ ਮੇਰੇ ਜੀਵਨ ਵੱਲ। ਅਤੇ ਦੂਜਾ ਪ੍ਰਮਾਣ ਦਿੰਦੇ ਨੇ ਦਰਬਾਰ ਗੁਰਦੁਆਰਾ ਸਾਹਿਬ ਦੇ ਅੰਦਰ ਢਾਡੀ ਸਿੰਘ ਨੇ ਸਰੰਗੀ ਮੋਢੇ ਨਾਲ ਲਾਈ ਹੋਈ ਅਤੇ ਗਜ ਫੇਰਦਾ ਤੰਦਾਂ ਦੇ ਉੱਤੇ ਅਤੇ ਬੜੇ ਮਿੱਠੇ ਤਰਾਨੇ ਉਹਦੇ ਵਿੱਚੋਂ ਨਿਕਲਦੇ ਨੇ, ਸੰਗਤਾਂ ਝੂਮਦੀਆਂ ਵੀ ਕਮਾਲ ਹੈ ਢਾਡੀ ਸਿੰਘ ਦੀ, ਜਿਵੇਂ ਵਾਰ ਗਾ ਰਹੇ ਨੇ ਉਵੇਂ ਸਰੰਗੀ ਆਵਾਜ਼ ਕੱਢ ਰਹੀ ਹੈ। ਬੜੇ ਮਾਸਟਰ ਹੁੰਦੇ ਨੇ ਸਰੰਗੀ ਦੇ, ਪਰ ਸਰੰਗੀ ਕਹਿੰਦੀ ਉਹ ਤੈਨੂੰ ਤਾਂ ਤਰਾਨੇ ਚੰਗੇ ਲੱਗਦੇ ਆ ਨਾ, ਝੂਮਣਾ ਹੈ, ਪਰ ਮੇਰੇ ਤੋਂ ਪੁੱਛੇ ਤਰਾਨੇ ਨਿਕਲੇ ਕਿਵੇਂ ਇਹਦੇ ਵਿੱਚੋਂ, ਤੈਨੂੰ ਤਾਂ ਆ ਰਹੀ ਨਾ ਮਸਤੀ, ਪਰ ਮੈਨੂੰ ਪੁੱਛ ਕੇ ਦੇਖ ਇਹ ਤਰਾਨੇ ਨਿਕਲਦੇ ਕਿਵੇਂ ਹੁੰਦੇ ਆ।
ਉਹ ਕਹਿੰਦੇ ਮੈਂ ਬੱਕਰੀ ਸੀ, ਮੇਰਾ ਗਲ ਵੱਢਿਆ ਪਹਿਲਾਂ ਇਹਨਾਂ ਨੇ, ਗਲ ਵੱਢ ਕੇ ਮੇਰੇ ਟੁਕੜੇ ਟੁਕੜੇ ਕੀਤੇ, ਮੇਰੀਆਂ ਨਾੜਾਂ ਕੱਢੀਆਂ, ਸਾਫ ਕੀਤੀਆਂ ਅਤੇ ਸੁਕਾਈਆਂ, ਸੁਕਾ ਕੇ ਬੱਕਰੀ ਦੀਆਂ ਨਾੜਾਂ ਜਿਹੜੀਆਂ ਸੁਰੰਗੀ ਦੀਆਂ ਤੰਦਾਂ ਹੁੰਦੀਆਂ ਬੱਕਰੀ ਦੀਆਂ ਨਾੜਾਂ ਦੀਆਂ ਬਣਦੀਆਂ, ਅਤੇ ਸੁਕਾ ਕੇ ਲਾਈਆਂ ਫਿਰ ਸੁਰੰਗੀ 'ਤੇ, ਫਿਰ ਸੁਰੰਗੀ 'ਤੇ ਗੱਜ ਫੇਰਿਆ ਢਾਡੀ ਸਿੰਘ ਨੇ, ਫਿਰ ਤਰਾਨੇ ਨਿਕਲਦੇ ਹੁੰਦੇ, ਐਵੇਂ ਨਹੀਂ ਨਿਕਲਦੇ ਤਰਾਨੇ, ਹਰੇਕ ਹੀ ਨਿੰਦਿਆ ਕਰਨ ਲੱਗ ਜਾਂਦਾ ਜੀ, ਚਿੱਟੇ ਕੱਪੜੇ ਪਾਉਂਦੇ ਆ, ਹੋਰ ਬੋਰੀਆਂ ਪਾ ਲਈਏ, ਇੱਥੇ ਰੋਟੀ ਮਹਾਂਪੁਰ ਸਾਰੀ ਉਮਰ ਬੋਰੀ ਪਾ ਕੇ ਰੱਖੀ ਹੈ, ਫਿਰ ਕਿਹੜਾ ਲੋਕ ਚੁੱਪ ਹੱਸ, ਉਹ ਦੋ ਲੀੜੇ ਨਹੀਂ ਪਾ ਸਕਦੇ, ਬੋਰੀਆਂ ਪਾਈ ਫਿਰਦੇ। ਇਹ ਦੁਨੀਆ ਨਾ ਸਲਾਹੇ ਜੋ ਮਰ ਵੰਝ ਸੀ, ਇਹ ਜਿਹੜੇ ਮੂੰਹ ਨਾਲ ਉਸਤਤ ਕਰਦੇ ਨੇ ਉਸੇ ਮੂੰਹ ਨਾਲ ਨਿੰਦਿਆ ਕਰਨ ਲੱਗ ਜਾਂਦੇ। ਦੁਨੀਆ ਨਾ ਸਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਸੀ। ਉਹ ਇਹਨਾਂ ਦੀ ਵਡਿਆਈ ਕਾਹਦੀ ਹੈ, ਇਹਨਾਂ ਦੀ ਉਸਤਤ ਕਾਹਦੀ ਹੈ, ਉਸਤਤ ਵੀ ਝੂਠੀ, ਇਹਨਾਂ ਦੀ ਨਿੰਦਿਆ ਵੀ ਝੂਠੀ। ਅਤੇ ਤੀਜਾ ਪ੍ਰਮਾਣ ਭਾਈ ਸਾਹਿਬ ਦੇ ਇਹਨਾਂ ਨੇ, ਹਰ ਇੱਕ ਬੰਦਾ ਸਵੇਰੇ ਉੱਠ ਕੇ ਮੂੰਹ ਹੱਥ ਧੋ ਕੇ ਸ਼ੀਸ਼ੇ ਅੱਗੇ ਖੜਦਾ ਹੈ ਵੀ ਜਿਹੋ ਜਿਹਾ ਕੱਲ੍ਹ ਸੀ ਉਹੋ ਜਿਹਾ ਕਿ ਬਦਲ ਗਿਆ, ਰਾਤ ਨੂੰ ਸੁੱਤੇ ਸੁੱਤੇ ਭੁਲੇਖਾ ਹੀ ਪਿਆ ਰਿਹਾ ਸਾਰੀ ਉਮਰ, ਵੀ ਬਦਲਿਆ ਕਿ ਨਹੀਂ, ਹਾਲੇ ਬਦਲੀ ਤਾਂ ਜਾਂਦਾ ਪਰ ਆਪਾਂ ਨੂੰ ਸਮਝ ਨਹੀਂ ਆਉਂਦਾ, ਬਚਪਨ ਵੇਲੇ ਹੋਰ ਤਰ੍ਹਾਂ ਸੀ, ਜਵਾਨੀ ਵੇਲੇ ਹੋਰ, ਹੁਣ ਹੋਰ ਰੰਗ ਜਿਹਾ ਬਣਿਆ, ਇਹ ਵੀ ਨਹੀਂ ਰਹਿਣਾ। ਭਾਈ ਗੁਰਦਾਸ ਜੀ ਕਹਿੰਦੇ ਸ਼ੀਸ਼ੇ ਵਿੱਚ ਦੇਖ ਕੇ ਖੁਸ਼ ਹੋਇਆ ਆਪਣਾ ਚਿਹਰਾ, ਸ਼ੀਸ਼ਾ ਕਹਿੰਦਾ ਤੂੰ ਤਾਂ ਖੁਸ਼ ਹੋ ਰਿਹਾ ਆਪਣਾ ਚਿਹਰਾ ਦੇਖ ਕੇ, ਉਹ ਮੈਨੂੰ ਤਾਂ ਪੁੱਛ ਦਿਖਾਉਣ ਵਾਲਾ ਬਣਿਆ ਕਿਵੇਂ ਆ, ਮੈਂ ਐਵੇਂ ਮੂੰਹ ਨਹੀਂ ਦਿਖਣ ਲੱਗਿਆ, ਚੀਕਨੀ ਮਿੱਟੀ ਕਿਸੇ ਖਾਸ ਕਿਸਮ ਦੀ ਉਹਨੂੰ ਰਗੜ ਰਗੜ ਕੇ, ਹੁਣ ਤਾਂ ਚਲੋ ਮਸ਼ੀਨਾਂ ਬਣਾਉਂਦੀਆਂ, ਭਾਈ ਗੁਰਦਾਸ ਅੱਜ ਤੋਂ 425 ਸਾਲ ਪਹਿਲਾਂ ਪ੍ਰਮਾਣ ਦਿੱਤੇ ਆ, ਰਗੜ ਰਗੜ ਕੇ ਮਿੱਟੀ ਫਿਰ ਸ਼ੀਸ਼ਾ ਤਿਆਰ ਹੁੰਦਾ ਸੀ, ਫਿਰ ਦੂਜੇ ਨੂੰ ਮੂੰਹ ਦਿਖਾਉਣ ਵਾਲਾ ਬਣਦਾ ਸੀ। ਸੋ ਮਹਾਂਪੁਰਸ਼ਾਂ ਨੇ ਬੜੀਆਂ ਸਾਧਨਾ, ਬੜੇ ਭੁੱਖ ਪਿਆਸ ਜਪ ਤਪ ਕਰਦੇ ਆ, ਫਿਰ ਜਾ ਕੇ ਜੀਵਾਂ ਦਾ ਉਧਾਰ ਕਰਨ ਵਾਲੇ, ਜੀਵਾਂ ਦਾ ਭਲਾ ਕਰਦੇ ਹੈ। ਕਿਸੇ ਮਹਾਂਪੁਰਸ਼ ਦਾ ਜੀਵਨ ਪੜ੍ਹ ਲਓ, ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਸਾਧਨਾ ਵੇਲੇ 18 ਘੰਟੇ ਰੋਜ਼ ਬੈਠਦੇ, 18 ਘੰਟੇ, ਇੰਨੀ ਸਾਧਨਾ ਸੀ। ਵੈਦ ਨੇ ਦੱਸ ਦਿੱਤਾ ਸੀ ਕਿ ਸਾਧਨਾ ਕਰਕੇ ਸਰੀਰ ਦੀ ਐਸੀ ਹਾਲਤ ਹੋ ਚੁੱਕੀ ਹੈ ਕਿ ਤੁਹਾਨੂੰ ਕਿਸੇ ਇਕਾਂਤ ਵਿੱਚ ਠੰਡੇ ਇਲਾਕੇ 'ਚ ਚਲੇ ਜਾਣਾ ਚਾਹੀਦਾ। ਮਨਸੂਰੀ ਗਏ ਸੀ ਮਹਾਰਾਜ 6 ਮਹੀਨੇ, ਫਿਰ ਉੱਥੇ ਇਕਾਂਤ ਰਹਿਣਾ ਚਾਹੀਦਾ, ਨਹੀਂ ਤਾਂ ਤੁਹਾਡੇ ਸਰੀਰ ਦੀ ਦਸ਼ਾ ਕਦੇ ਵੀ ਬਦਲ ਸਕਦੀ। ਇੰਨੀ ਸਾਧਨਾ, ਜਪ ਅਤੇ ਤਪ, ਫਿਰ ਕਾਹਦੇ ਵਾਸਤੇ? ਦੁਨੀਆ ਭੱਜੀ ਫਿਰਦੀ ਦਿਨ ਰਾਤ,
ਉਹ ਕਾਹਦੇ ਵਾਸਤੇ ਸਾਧਨਾ ਕਰਦੇ ਸੀ? ਪਰ ਉਪਕਾਰ ਨਿਤ ਚਿਤਵਤੇ ਨਾ ਹੀ ਕਸ਼ ਪੋਚ, ਉਹ ਦੂਜਿਆਂ ਵਾਸਤੇ ਕਰ ਰਹੇ ਸੀ। ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕਹਿ, ਤਾਂ ਤੇ ਦੀਪਕ ਜਰਾਏ ਹੋਏ ਉਜਿਆਰੋ ਜੀ। ਭਾਈ ਗੁਰਦਾਸ, ਜੈਸੇ ਤਿਲ ਪੀੜ ਤੇਲ ਕਾਢੀਅਤ ਕਸ਼ਟ ਕਹਿ, ਹੁਣ ਕਸ਼ਟ ਕਰਕੇ ਤੇਲ ਕੱਢਣਾ ਸੀ, ਆਰਤੀ ਕਰਕੇ ਥੋੜ੍ਹਾ ਨਿਕਲਦਾ ਤਿਲਾਂ 'ਚ ਤੇਲ। ਰੋਮ ਰੋਮ ਜੈਸੇ ਰੋਮ ਰੋਮ ਕਰ ਕਾਟੀਐ ਅਜਾ ਕੋ ਤਨ, ਬੱਕਰੀ ਅਜਾ, ਤਾਂ ਕਿ ਤਾਂ ਤਵਾਜੈ ਰਾਗ ਰਾਗਣੀ ਸੋ ਪਿਆਰੋ ਜੀ। ਜੈਸੇ ਤੋਂ ਉਟਾਏ ਦਰਪਣ ਕੀਜੈ ਲੋਸਟ ਸੇਤੀ, ਸ਼ੀਸ਼ਾ ਦਰਪਣ, ਜੈਸੇ ਤੋ ਉਟਾਏ ਦਰਪਣ ਕੀਜੈ ਲੋਸ਼ਟ ਸੇਤੀ, ਤਾਂ ਹੀ ਤੇ ਮੁੱਖ ਦੇਖਤ ਸੰਸਾਰੋ ਜੀ। ਤੈਸੇ ਭੂਖ ਦੁੱਖ ਭੂਖ ਸੁਖ ਸਾਧਨ ਕੇ ਸਾਧ ਪਏ, ਤਾਂ ਹੀ ਤੇ ਕਰਤ ਜਗਤ ਕੋ ਨਿਸਤਾਰੋ ਜੀ। ਪੰਜਵੇਂ ਪਾਤਸ਼ਾਹ ਮਹਾਰਾਜ ਬਾਣੀ ਕਰਦੇ ਨੇ, ਜੈ ਜੈਕਾਰ ਉਹਨਾਂ ਦੀ ਹੋਵੇ ਜਿਹੜੇ ਤੇਰਾ ਨਾਮ ਜਪਦੇ, ਜੈ ਜੈਕਾਰ ਉਹਨਾਂ ਦੀ ਜਿਹੜੇ ਤੇਰਾ ਨਾਮ ਜਪਦੇ, ਤੇਰਾ ਨਾਮ ਜਪਦੇ।
ਜਿਹੜੇ ਤੇਰਾ ਨਾਮ ਜਪਦੇ ਜੀ, ਜਿਹੜੇ ਤੇਰਾ ਨਾਮ ਜਪਦੇ ਜੈ ਜੈਕਾਰ ਉਹਨਾਂ ਦੀ ਹੋਵੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਸੋ ਉਹਨਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਂਦੀਆਂ ਜਿਹੜੇ ਸਾਰੀ ਜ਼ਿੰਦਗੀ ਪਰਮਾਤਮਾ ਨੂੰ ਯਾਦ ਕਰਦਿਆਂ ਆਪਣਾ ਜੀਵਨ ਬਤੀਤ ਕਰਦੇ, ਆਪ ਜਪਦੇ ਨੇ ਅਤੇ ਹੋਰਾਂ ਨੂੰ ਜਪਾਉਂਦੇ ਨੇ। ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾ। ਇਹ ਦੋ ਵਾਰੀ ਦੋ ਤਰ੍ਹਾਂ ਸ਼ਬਦ ਹੁੰਦਾ, ਹੋਰ ਕੇਤੀ ਛੁੱਟੀ ਨਾਲ ਵੀ ਸ਼ਬਦ ਹੈ, ਪਰ ਇਹ ਜਪਜੀ ਸਾਹਿਬ 'ਚ ਹੋਰ ਨਹੀਂ ਹੈ। ਅੱਗੇ ਜਾ ਕੇ ਹੋਰ ਕੇਤੀ ਛੁੱਟੀ ਨਾਲ ਵੀ ਸ਼ਬਦ ਹੈ ਨਾਲ। ਉਹ ਆਪ ਤਾਂ ਮੁੱਖ ਉਜਲੇ ਲੈ ਕੇ ਜਾਂਦੇ ਨੇ, ਪਰ ਉਹਨਾਂ ਦੀ ਸੰਗਤ ਕਰਕੇ ਫਿਰ ਬਾਬਾ ਜੀ ਦੱਸ ਰਹੇ ਸੀ, ਬਾਬਾ ਬਲਜੀਤ ਸਿੰਘ ਜੀ ਸਾਰਿਆਂ ਨਾਲ ਹੀ ਪ੍ਰੇਮ ਹੈ ਬਹੁਤ ਮਹਾਂਪੁਰਸ਼ਾਂ ਨਾਲ, ਪਰ ਇਹਨਾਂ ਨਾਲ ਵਿਸ਼ੇਸ਼ ਹੈ। ਜੇ ਕਿਤੇ ਕਾਂ ਦੇ ਹੱਥ ਵੀ ਸੁਨੇਹਾ ਭੇਜ ਦੀਏ ਨਾ, ਤਾਂ ਸਤਿਸੰਗ ਜੀ ਕਈ ਵਾਰੀ ਸਾਡੇ ਤੋਂ ਤਾਂ ਮਿਸਟੇਕ ਹੋ ਜਾਂਦੀ ਹੈ ਕਿ ਅਸੀਂ ਟਾਈਮ ਦੇ ਕੇ ਕਿਸੇ ਹੋਰ ਪਾਸੇ ਲੰਘ ਜਾਂਦੇ ਹਾਂ, ਪਰ ਫਿਰ ਵੀ ਇਹ ਯਾਦ ਨਹੀਂ ਕਰਦੇ। ਗੁਰਮੁਖਾਂ ਦਾ ਸੁਭਾਅ ਪਰਉਪਕਾਰੀ ਹੁੰਦਾ ਹੈ। ਵੈਸੇ ਕੋਸ਼ਿਸ਼ ਤਾਂ ਇਹ ਕੀਤੀ ਜਾਂਦੀ ਹੈ ਵੀ ਟਾਈਮ ਦੇ ਕੇ ਪਹੁੰਚਿਆ ਜਾਏ, ਪਰ ਕਈ ਵਾਰੀ ਹਾਲਾਤ ਹੀ ਐਸੇ ਬਣ ਜਾਂਦੇ। ਸੋ ਉਹਨਾਂ ਨੇ ਦੱਸਿਆ ਸੀ ਕਿ ਇੱਕ ਹੱਥ ਆਇਆ ਵਰਸਾਣੇ ਬਹੁਤ ਤੇਰੇ, ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੈ ਇੱਕ ਕਣੀ, ਗੁਰਮੁਖ ਭਵਜਲ ਬੋਹੇ ਥਾ ਇੱਕ ਸਪਿਛੈ ਲੱਖ ਤਰੰਦੇ। ਸੋ ਭਾਵੇਂ ਆਪਾਂ ਰਾਤ ਤੱਕ ਕੀਰਤਨ ਕਰਦੇ ਰਹਿੰਦੇ, ਅਜੇ ਜਥੇ ਇੰਨੇ ਸਟੇਜ 'ਤੇ ਬੈਠੇ ਨੇ। ਅਸੀਂ ਬਾਬਾ ਹਰਦੇਵ ਸਿੰਘ ਜੀ ਨੇ ਆਖਿਆ ਵੀ ਅੱਜ ਤੁਸੀਂ ਕਰੋ ਨਿਹਾਲ ਸੰਗਤ ਨੂੰ, ਕਹਿੰਦੇ ਨਹੀਂ ਅਸੀਂ ਤਾਂ ਸੁਣਾਂਗੇ, ਤੁਸੀਂ ਹਾਜ਼ਰੀ ਭਰੋ। ਬਾਬਾ ਨਾਮਦੇਵ ਸਿੰਘ ਜੀ ਨੇ ਆਖਿਆ ਤੁਸੀਂ ਭਰੋ ਜੀ ਹਾਜ਼ਰੀ, ਕਹਿੰਦੇ ਨਹੀਂ ਜੀ ਤੁਸੀਂ ਭਰ ਦਿਓ ਹੁਣ। ਸੋ ਸਤਿਸੰਗ ਜੀ ਸਾਰੀ ਪੁਰਾਣੀ ਸੰਗਤ ਹੈ, ਸੇਵਾਦਾਰ ਨੇ ਜਥੇਦਾਰ ਜਿਨ੍ਹਾਂ ਦਾ ਮਹਾਂਪੁਰਸ਼ਾਂ ਨਾਲ ਸਥਾਨ ਨਾਲ ਥਾ। ਇੱਥੇ ਬੰਦੇ ਤਾਂ ਅਨੇਕਾਂ ਹੀ ਆਉਂਦੇ ਜਾਂਦੇ ਰਹਿਣੇ ਨੇ, ਚੰਗੇ ਵੀ ਹੋ ਸਕਦੇ ਨੇ ਮਾੜੇ ਵੀ ਹੋ ਸਕਦੇ ਨੇ, ਪਰ ਇਹ ਸਥਾਨ ਬ੍ਰਹਮ ਗਿਆਨੀਆਂ ਦਾ ਹੈ। ਜਿਹੜੇ ਸ਼ਰਧਾ ਰੱਖਦੇ ਨੇ, ਬਚਨ ਮੰਨਦੇ ਨੇ, ਗੁਰੂ ਮਹਾਂਪੁਰਸ਼ ਕਿਤੇ ਜਾਂਦੇ ਨਹੀਂ ਹੁੰਦੇ। ਸਤਿਸੰਗ ਜੀ
ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਅਤੇ ਬਾਣੀ ਕਹਿੰਦੀ ਉਹ ਨਹੀਂ ਮਰਦੇ, ਸਦਾ ਹੀ ਜਿਉਂਦੇ ਨੇ। ਸੋ ਸਤਿਸੰਗ ਜੀ, ਜੀਵਤ ਪੇਖੇ ਜਿੰਨੀ ਹਰ ਹਰ ਧਿਆਇਆ, ਸਾਧ ਸੰਗ ਤਿੰਨੀ ਦਰਸ਼ਨ ਪਾਇਆ। ਜਿਨ੍ਹਾਂ ਦੇ ਘਰ ਦੀਵੇ ਜਗੇ, ਹਨੇਰਾ ਸੀ, ਸੰਗਤ ਜੀ ਬੈਠੇ ਨੇ ਬਹੁਤ। ਜਿਨ੍ਹਾਂ ਦੇ ਘਰ ਦਲਿੱਦਰ ਸੀ, ਸ਼ਾਮ ਪੱਕਦੀ ਸੀ, ਸਵੇਰ ਦਾ ਫਿਕਰ ਸਰਦਾਰੀਆਂ ਬਖਸ਼ੀਆਂ, ਜਿਨ੍ਹਾਂ ਨੂੰ ਰਾਜ ਭਾਗ ਬਖਸ਼ੇ, ਦੁੱਖ ਦਲਿੱਦਰ ਦੂਰ ਕੀਤੇ, ਉਹ ਕਿਵੇਂ ਭੁੱਲ ਸਕਦੇ ਆ। ਸੋ ਉਹਨਾਂ ਦੀ ਭਾਵਨਾ, ਉਹਨਾਂ ਦੀ ਸ਼ਰਧਾ ਉਸੇ ਤਰ੍ਹਾਂ ਨਿਰੰਤਰ, ਨਾ ਉਹਨਾਂ ਦੀ ਸੇਵਾ ਵਿੱਚ ਫਰਕ ਆਇਆ, ਨਾ ਉਹਨਾਂ ਦੀ ਸੰਗਤ ਵਿੱਚ ਫਰਕ ਆਇਆ, ਨਾ ਭਾਵਨਾ ਵਿੱਚ। ਗੁਰੂ ਕਿਰਪਾ ਕਰੇ ਉਹਨਾਂ ਦੇ ਸਿਰ 'ਤੇ, ਸਦਾ ਮਿਹਰ ਭਰਿਆ ਹੱਥ ਰੱਖੇ ਮਹਾਰਾਜ। ਕਿਉਂਕਿ ਸੇਵਕ ਦਾ ਫਰਜ਼ ਹੁੰਦਾ ਹੁਕਮ ਮੰਨਣਾ, ਅਤੇ ਗੁਰੂ ਦਾ ਫਰਜ਼ ਹੁੰਦਾ ਫਿਰ ਦੋਹਾਂ ਲੋਕਾਂ ਵਿੱਚ ਆਪਣੇ ਸੇਵਕ ਦੀ ਪ੍ਰਤਪਾਲ ਕਰਨੀ। ਸੇਵਕ ਆਪਣਾ ਫਰਜ਼ ਅਦਾ ਕਰੇ ਅਤੇ ਗੁਰੂ ਫਿਰ ਆਪਣਾ ਫਰਜ਼ ਅਦਾ ਕਰਦਾ। ਸਾਧ ਸਿੰਘ ਜੀ, ਮਾਂ ਪਿਓ ਦਾ ਆਪਣਾ ਫਰਜ਼ ਹੈ, ਬਾਲ ਦੇਣ ਦਾ ਆਪਣਾ ਫਰਜ਼, ਬੱਚਿਆਂ ਦਾ ਆਪਣਾ ਫਰਜ਼। ਸੋ ਗੁਰੂ ਕਿਰਪਾ ਕਰੇ ਕਿ ਆਪਾਂ ਉਹਨਾਂ ਦਾ ਹੁਕਮ ਮੰਨ ਕੇ ਉਹਨਾਂ ਦੇ ਵੱਡਿਆਂ ਦੇ ਜੋੜ ਮੇਲੇ ਯਾਦਾਂ ਮਨਾਉਂਦੇ ਰਹੀਏ, ਤਾਂ ਕਿ ਉਹਨਾਂ ਦੇ ਜੀਵਨ ਤੋਂ ਕੋਈ ਸੇਧ ਲੈ ਕੇ ਸਾਡਾ ਵੀ ਭਲਾ ਹੋ ਸਕੇ। ਸਦਾ ਲੱਗਦੇ ਰਹਿਣਗੇ ਮੇਲੇ ਯਾਦ ਵਿੱਚ ਤੇਰੀ ਪਿਆਰਿਆ, ਲੱਗਦੇ ਰਹਿਣਗੇ ਮੇਲੇ ਯਾਦ ਵਿੱਚ ਤੇਰੀ ਪਿਆਰਿਆ। ਲੱਗਦੇ ਰਹਿਣਗੇ ਮੇਲੇ ਯਾਦ ਵਿੱਚ ਤੇਰੀ ਪਿਆਰਿਆ। ਬਹੁਤ ਦਿਨਾਂ ਤੋਂ ਸੇਵਾ 'ਚ ਤਤਪਰ ਨੇ, ਬਹੁਤ ਸੰਗਤਾਂ ਨੇ ਤਨ ਮਨ ਧਨ ਨਾਲ ਸੇਵਾ ਕਰਕੇ ਖੁਸ਼ੀਆਂ ਲਈਆਂ।
ਕਿਉਂਕਿ ਗੁਰੂ ਐਡਾ ਨਿਆਇਕਾਰੀ ਹੈ, ਇੱਕ ਤਿਲ ਨਹੀਂ ਭੰਨਿਆ ਕਾਲਾ ਹੈ। ਇੱਕ ਤਿਲ ਜਿੰਨੀ ਸੇਵਾ ਕੀਤੀ ਵੀ ਗੁਰੂ ਅਜਾਈ ਨਹੀਂ ਜਾਣ ਦਿੰਦਾ। ਕਾਲ ਨਾ ਭਾਨੈ ਅੰਤਰ ਵਿਧ ਜਾਣੈ ਤਾਂ ਕੀ ਕਰ ਮਨ ਸੇਵਾ। ਸੋ ਗੁਰੂ ਕਿਰਪਾ ਕਰੇ, ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਹੈ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਮਹਾਰਾਜ ਖੁਸ਼ੀਆਂ ਬਖਸ਼ਣ ਚੜ੍ਹਦੀ ਕਲਾ, ਧੰਨਵਾਦ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ, ਜਿਨ੍ਹਾਂ ਦੀ ਛਤਰ ਛਾਇਆ ਹੇਠ ਆਪਾਂ ਬੈਕੁੰਠ ਦੀਆਂ ਘੜੀਆਂ ਦਾ ਆਨੰਦ ਮਾਣਿਆ, ਆਏ ਸਾਰੇ ਮਹਾਂਪੁਰਸ਼ਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ, ਬਹੁਤ ਬਹੁਤ ਧੰਨਵਾਦ ਗੁਰੂ ਕੀਆਂ ਸੰਗਤਾਂ ਦਾ। ਸੋ ਭਾਵੇਂ ਕੋਈ ਪੋਸਟਰ ਨਹੀਂ ਛਪਾਏ, ਕੋਈ ਸੁਨੇਹ ਨਹੀਂ ਦਿੱਤੇ ਸੰਗਤ ਨੂੰ, ਕੋਈ ਫੋਨ ਨਹੀਂ ਕੀਤਾ ਕਿਸੇ ਨੂੰ, ਪਰ ਫਿਰ ਵੀ ਸਵੇਰ ਤੋਂ ਐਡੀ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰੀਆਂ ਭਰੀਆਂ ਨੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਸੋ ਗੁਰੂ ਸਤੋਤਰ ਵਿੱਚ ਬੋਲੋ, ਅਰਦਾਸ ਹੁਕਮਨਾਮਾ ਸਾਹਿਬ ਸਰਵਣ ਕਰਕੇ ਜਿਹੜੇ ਗੁਰਮੁਖਾਂ ਦਾ ਸਨਮਾਨ ਹੋਣਾ ਹੈ ਕੀਤਾ ਜਾਏਗਾ। ਅੰਮ੍ਰਿਤ ਪੂਰਨਮਾਸ਼ੀ ਪਰਸੋਂ ਨੂੰ ਹੈ, 2 ਤਰੀਕ ਦੀ, ਪਰਸੋਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਏਗਾ 9 ਵਜੇ। ਕੁਝ ਸੰਗਤਾਂ ਅੱਜ ਵੀ ਅੰਮ੍ਰਿਤ ਛਕਣ ਵਾਸਤੇ ਪੁੱਛ ਰਹੀਆਂ ਸੀ, ਉਹਨਾਂ ਨੂੰ ਬੇਨਤੀ ਹੈ ਕਿ 9 ਵਜੇ ਪਰਸੋਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਏਗਾ। ਬਾਕੀ ਬੇਨਤੀਆਂ ਬਾਬਾ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਕਰਨਗੇ। ਹੁਣ ਸਾਰੇ ਗੁਰੂ ਸਤੋਤਰ ਵਿੱਚ ਬੋਲੋ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਗੁਰ ਸ਼੍ਰੀ ਹਰ ਰਾਇ ਸਾਹਿਬ ਧੰਨ ਹੈ ਧੰਨ ਹੈ ਧੰਨ ਗੁਰ ਸ਼੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਤੇਰਾ ਪੰਥ ਖਾਲਸਾ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ